ਤੇ ਅਮੀ ਦਮਾ ਦਿਮਾਗ ਭਰਨ ਦੀਆਂ ਗੱਲਾਂ ਜਦੋਂ ਰੱਬ ਜਦੋਂ ਬੰਦਾ ਰੱਬ ਨੂੰ ਟੱਬ ਦੱਸਦਾ ਹੈ ਨਾ ਫਿਰ ਜਦੋਂ ਰੱਬ ਮਾਰਦਾ ਹੈ ਮਾਰ ਪਰ ਬਹੁਤ ਪੁੱਠੀ ਪੈਂਦੀ ਆ ਇਸ ਕਰਕੇ ਬੰਦੇ ਨੂੰ ਔਕਾਤ ਚ ਰਹਿਣਾ ਚਾਹੀਦਾ ਕੋਈ ਵੀ ਗੱਲ ਕਰਨ ਲੱਗੇ ਕਿਉਂਕਿ ਕੱਲ ਦਾ ਪਤਾ ਨਹੀਂ ਹੈਗਾ ਕੀ ਹੋ ਜਾਣਾ ਬੰਦੇ ਨਾਲ ਇੱਥੇ بڑے بڑے ਵਿਦਵਾਨਾਂ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਇੱਕ ਹੋਂਦੇ ਸੀਗੇ ਨਾ ਕਿ ਅਸੀਂ ਆ ਆ ਪਤਾ ਨਹੀਂ ਲੱਗਦਾ ਦੂਜੇ ਦਿਨ ਰਾਖ ਹੋ ਜਾਂਦੀ ਬੰਦੇ ਦੀ ਇਸ ਕਰਕੇ ਨਾ ਆਪਣੇ ਆਪ ਚ ਇੰਨਾ ਗ ਰੱਖੋ ਕਿ ਕੱਲ ਨੂੰ ਤੁਹਾਡੇ ਤੋਂ ਬਾਅਦ ਵਿੱਚ ਵੀ ਤੁਹਾਨੂੰ ਚੰਗੇ ਲਈ ਯਾਦ ਕੀਤਾ ਜਾਵੇ ਮਾੜੇ ਲਈ ਨਹੀਂ